2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਵਾਇਤੀ ਪਾਰਟੀਆਂ ਦੀ ਹੋਈ ਹਾਰ ਤੇ ਇਸ ਵਾਰ ਸੀਐਮ ਨੇ ਉਹਨਾਂ ਦੀਆਂ ਪੈਨਸ਼ਨਾਂ ਤੇ ਕੀਤਾ ਵਾਰ ਤੇ ਕਿਵੇਂ ਚੱਲੂਗਾ ਰੁਜ਼ਗਾਰ ਤੇ ਉਹਨਾਂ ਸਾਬਕਾ ਵਿਧਾਇਕਾਂ ਦਾ ਗੁਜ਼ਾਰਾ ਇਸ ਵਾਰ ਬਹੁਤ ਔਖਾ ਤੇ ਉਹਨਾਂ ਦੇ ਦਿਲਾਂ ਦਾ ਹਾਲ ਆਪਾਂ ਜਾਣਨ ਦੇ ਵਾਸਤੇ ਇਸ ਹਲਕੇ ਦੇ ਸਾਬਕਾ ਵਿਧਾਇਕ ਦੇ ਕੋਲ ਪਹੁੰਚੇ ਹਾਂ ਉਹਨਾਂ ਦੇ ਫਾਰਮ ਹਾਊਸ ਤੇ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਜੁੜੋ ਸਾਡੇ ਨਾਲ ਸੋ ਆਪਾਂ ਇਸ ਹਲਕੇ ਦੇ ਵਿੱਚ ਪਹੁੰਚੇ ਹਾਂ ਇੱਥੋਂ ਦੇ ਇਹ ਵਿਧਾਇਕ 3 ਵਾਰ ਰਹਿ ਚੁੱਕੇ ਤੇ ਇਸ ਵਾਰ ਇੰਨੀ ਬੁਰੀ ਤਰ੍ਹਾਂ ਹਾਰੇ ਇਹਨਾਂ ਨੇ ਵੀ ਕਦੇ ਸੋਚਿਆ ਨਹੀਂ ਹੋਣਾ ਤਕਰੀਬਨ ਸਾਰੇ ਹੀ ਜਿਹੜੇ ਐਮਐਲਏ ਨੂੰ ਐ ਚਿੱਤ ਕਰਕੇ ਰੱਖ ਦਿੱਤਾ ਨਵੀਂ ਪਾਰਟੀ ਨੇ ਸਾਰੇ ਇਸ ਵਾਰ ਸੀਐਮ ਨੇ ਫੈਸਲਾ ਕੀਤਾ ਜਿਹੜੀਆਂ ਤੁਹਾਡੀਆਂ 3-3 ਪੈਨਸ਼ਨਾਂ ਸੀ ਉਹ ਸਭ ਉਹਨਾਂ ਨੇ ਬੰਦ ਕਰਕੇ ਇੱਕੋ ਪੈਨਸ਼ਨ ਜਿੱਤੀ ਹੈ ਭਲਾ 4 ਵਾਰੀ ਜਿੱਤੋ ਭਲਾ 5 ਵਾਰੀ ਜਿੱਤੋ ਕੀ ਮਹਿਸੂਸ ਕਰਦੇ ਹੋ ਮਹਿਸੂਸ ਕੀ ਕਰਨਾ ਬਹੁਤ ਗਲਤ ਕੀਤਾ ਹੈ ਸਾਡੇ ਨਾਲ ਅਸੀਂ ਇਹ ਚੀਜ਼ ਨੂੰ ਮੰਨਦੇ ਨਹੀਂ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਿੰਦੇ ਹਾਂ ਦੱਸੋ ਸਾਡਾ ਕੀ ਕਸੂਰ ਹੈ ਅਸੀਂ ਆਪਦੇ ਕੋਲੋਂ ਤੇਲ ਬਾਲਦੇ ਹਾਂ ਲੋਕਾਂ ਦੇ ਕੰਮ ਕਰਾ ਕੇ ਆਉਨੇ ਆ ਮਹਿਸੂਸ ਹੈ ਕੀ ਕਰਨਾ ਹੁਣ ਗਲਤ ਕੰਮ ਕੀਤਾ ਹੈ ਤੇ ਨਹੀਂ ਨਵੀਂ ਪਾਰਟੀ ਦੇ ਬਣੇ ਐਮਐਲਏ ਆ ਜਾਂ ਜਿਹੜੇ ਮੰਤਰੀ ਆਖਰ ਉਹ ਵੀ ਤਾਂ ਇੱਕ ਪੈਨਸ਼ਨ ਤੇ ਚੱਲਣਗੇ ਕੰਮ ਤਾਂ ਉਹਨਾਂ ਨੇ ਵੀ ਕਰਨਾ ਕੰਮ ਕੀ ਕਰਨਾ ਉਹਨਾਂ ਉਹ ਮੌਜੂਦਾ ਸਰਕਾਰ ਆ ਉਹਨਾਂ ਦੇ ਨਾਲ ਬਾਡੀਗਾਰਡ ਆ ਸਾਰੀਆਂ ਗੱਡੀਆਂ ਆ ਤੇਲ ਖਰਚਾ ਸਭ ਕੁਝ ਮਿਲਣਾ ਉਹਨਾਂ ਨੂੰ ਤੇ ਉਹੀ ਤਾਂ ਤੁਹਾਨੂੰ ਵੀ ਮਿਲਿਆ ਇੰਨਾ ਟਾਈਮ ਤੁਸੀਂ ਵੀ ਤਾਂ ਆਖਰ ਜੇ ਕੰਮ ਕੀਤਿਆ ਤੁਹਾਨੂੰ ਵੀ ਤਾਂ ਉਹਨਾਂ ਟਾਈਮ ਮਿਲਿਆ ਇੰਨੇ ਨੇ ਗਨਮੈਨ ਹੁੰਦੇ ਸੀ ਅਸੀਂ ਕੰਮ ਕਰਦੇ ਰਹੇ ਆ ਫਿਰ ਅਸੀਂ ਘਰੇ ਤਾਂ ਨਹੀਂ ਬੈਠੇ ਰਹੇ ਅਸੀਂ ਕੰਮ ਕਰਦੇ ਰਹੇ ਆ ਲੋਕਾਂ ਦੇ ਯਾਰ ਭਈ ਜਾ ਕੇ ਕੰਮ ਕਰਦੇ ਰਹੇ ਆ ਆਪਦੇ ਕੋਲੋਂ ਖਰਚਾ ਕਰਕੇ ਸਾਰਾ ਕੰਮ ਕਰਦੇ ਰਹੇ ਆ ਅਸੀਂ ਨਹੀਂ ਇਹ ਗੱਲ ਬਹੁਤ ਵਾਰੀ ਉੱਠਦੀ ਸੀ ਕਿ ਪੈਨਸ਼ਨਾਂ ਵਿਧਾਇਕਾਂ ਦੀਆਂ ਕੱਟੋ ਪਰ ਪਿਛਲੇ 75 ਸਾਲਾਂ ਤੋਂ ਇਹ ਗੱਲ ਹੋਈ ਨਹੀਂ ਜਿਹੜੀ ਨਵੇਂ ਸੀਐਮ ਨੇ ਕੀਤੀ ਆ ਅਸੀਂ ਸੀਐਮ ਦੀ ਇਹ ਗਲਤ ਕੰਮ ਹੈ ਦੇਖੋ ਇਹ ਸਾਡੀਆਂ ਪੈਨਸ਼ਨਾਂ ਲੈ ਕੇ ਕੋਈ ਖਜ਼ਾਨੇ ਨਹੀਂ ਭਰਨ ਲੱਗੇ ਉਹ ਲੋਕਾਂ ਤੋਂ ਮੰਗੀ ਜਾਂਦੇ ਆ ਪੈਸੇ ਸਾਡੀਆਂ ਪੈਨਸ਼ਨਾਂ ਨਾਲ ਕੋਈ ਖਜ਼ਾਨਾ ਨਹੀਂ ਭਰਨ ਲੱਗਿਆ ਸਮਝ ਗਏ ਨਾ ਨਹੀਂ ਨਹੀਂ ਖਜ਼ਾਨਾ ਆਖਰ ਕਿੱਥੇ ਤੁਹਾਨੂੰ 60,000 ਰੁਪਇਆ ਜਾਂ 65,000 ਰੁਪਇਆ ਜਾਂ ਮਿਲਣਾਗਾ ਕਿੱਥੇ ਤੁਹਾਨੂੰ 2-2 2.5-2.5 3-3 ਲੱਖ ਰੁਪਏ ਮਿਲਦੇ ਫਰਕ ਤਾਂ ਪਊਗਾ ਜੀ ਉਹ ਹੋਰ ਕਿਤੋਂ ਖਰਚੇ ਘਟਾ ਲੈਣ ਸਰਕਾਰ ਬਹੁਤ ਸਰਕਾਰ ਕੋਲੇ ਹੁੰਦੇ ਆ ਕਿਤੋਂ ਮਰਜ਼ੀ ਖਰਚੇ ਘਟਾਓ ਹੋਰ ਕਿਤੋਂ ਖਰਚੇ ਘਟਾਉਣੇ ਬਥੇਰੇ ਥਾਂ ਹੁੰਦੇ ਆ ਜਿੱਥੇ ਕੋ ਠੇਕੇਦਾਰ ਆ ਵੱਡੇ ਵੱਡੇ ਠੇਕੇ ਦਿੰਨੇ ਆਪਾਂ ਉਹਨਾਂ ਦੇ ਵਿੱਚ ਪੈਸਾ ਬਹੁਤ ਖਾ ਜਾਂਦੇ ਉਹਨਾਂ ਚੋਂ ਘਟਾਓ ਪੈਸੇ ਨਹੀਂ ਅੱਛਾ ਤੁਹਾਨੂੰ 60,000 ਰੁਪਇਆ ਪੈਨਸ਼ਨ ਮਿਲਦੀ ਹੈ ਤੁਸੀਂ ਫਿਰ ਵੀ ਇਸ ਗੱਲ ਤੇ ਕਹਿੰਦੇ ਵੀ ਨਹੀਂ ਨਹੀਂ ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ ਜਿਹੜੇ ਮੁਲਾਜ਼ਮ ਕਈ ਵਾਰੀ ਭਰਤੀ ਹੁੰਦੇ ਉਹ 4-4 5-5 ਮਹੀਨੇ ਤਨਖਾਹਾਂ ਡੀਕੀ ਜਾਂਦੇ ਧਰਨੇ ਲਾ ਲਾ ਕੇ ਤਨਖਾਹਾਂ ਲੈਂਦੇ ਆ ਉਹਨਾਂ ਦਾ ਸਬਰ ਵੀ ਕਦੇ ਉਹਨਾਂ ਬਾਰੇ ਵੀ ਸੋਚਿਆ ਉਹ ਯਾਰ ਅਸੀਂ ਉਹਨਾਂ ਦੇ ਇਹਦੇ ਕਿਹੜੇ ਪਾਸੇ ਲੈ ਜਾਂਦੇ ਤੁਸੀਂ ਸਵਾਲ ਹੀ ਹੋਰ ਕਰੀ ਜਾਂਦੇ ਆ ਤੁਸੀਂ ਨਹੀਂ ਸਵਾਲ ਨਹੀਂ ਸਾਡਾ ਤਾਂ ਫਰਜ਼ ਹੈ ਤੇ ਸਾਡਾ ਮੈਨੂੰ ਤਾਂ ਤੂੰ ਆਪ ਕਾਊ ਪੱਤਰਕਾਰ ਲੱਗਦਾ ਯਾਰ ਸਵਾਲ ਖਤਮ ਕਰੋ ਨਹੀਂ ਸਵਾਲ ਤਾਂ ਅਸੀਂ ਸਹੀ ਕਰ ਰਹੇ ਆ ਕਿ ਉਹ ਮੁਲਾਜ਼ਮਾਂ ਦੇ ਧਰਨੇ ਵੀ ਨੇ ਧਰਨੇ ਲੱਗਦੇ ਰਹੇ ਤੁਹਾਡੇ ਵੇਲੇ ਉਹ ਧਰਨੇ ਲੱਗਦੇ ਰਹੇ ਹੱਲ ਵੀ ਕਰਦੇ ਰਹੇ ਆ ਇਹਨੇ ਗੱਲ ਵੀ ਧਰਨੇ ਦਾ ਹੱਲ ਹੀ ਨਹੀਂ ਅਸੀਂ ਕੋਈ ਕੀਤਾ ਕਿਸੇ ਦਾ ਨਹੀਂ ਤੁਸੀਂ ਐਂ ਦੱਸੋ 60-70 ਹੁਣ ਵੀ ਲੱਗਣ ਲੱਗ ਗਏ ਹੁਣ ਵੀ ਧਰਨੇ ਲੱਗੀ ਜਾਂਦੇ ਆ ਹੁਣ ਧਰਨੇ ਲਾਉਂਦੇ ਉਹ ਕਹਿੰਦੇ ਅਸੀਂ ਮਸਲੇ ਹੱਲ ਕਰਾਂਗੇ ਮੁੱਖ ਮੰਤਰੀ ਸਾਹਿਬ ਗੱਲ ਖੜ ਕੇ ਸੁਣ ਕੇ ਜਾਂਦੇ ਆ ਕਿੱਥੇ ਆਪ ਕਿੰਨੇ ਥਾਂ ਹੀ ਧਰਨੇ ਲੱਗੇ ਬੈਠੇ ਆ ਕੋਈ ਹੱਲ ਨਹੀਂ ਹੋਇਆ ਅਜੇ ਕਿੰਨੇ ਧਰਨੇ ਲੱਗ ਗਏ ਕਿਹੜਾ ਹੱਲ ਕੀਤਾ ਦੱਸੋ ਨਹੀਂ ਤੁਹਾਡਾ ਇੰਨੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਜਿਹੜੇ 5-7 ਹਜ਼ਾਰ ਰੁਪਇਆ ਕਮਾਉਂਦੇ ਆ ਉਹਨਾਂ ਦਾ ਕਿਵੇਂ ਗੁਜ਼ਾਰਾ ਹੋਊਗਾ ਉਹ 5-7 ਹਜ਼ਾਰ ਜੀ ਮੈਂ ਤੁਹਾਨੂੰ ਪਹਿਲਾਂ ਕਹੀ ਜਾਂਦਾ ਵੀ ਇੱਕ ਬੰਦੇ ਨੇ ਇਕੱਲੇ ਨੇ ਤੁਰਨਾ ਇੱਕ ਨੇ ਕਾਫਲਾ ਲੈ ਕੇ ਤੁਰਨਾ ਉਸ ਪੈਸੇ ਤਾਂ ਲੱਗਦਾ ਹੀ ਹੈ ਸਾਡੇ ਨਾਲ ਕੋਈ ਬਾਡੀਗਾਰਡ ਵੀ ਹੈ ਸਾਡੇ ਕੋਲ ਗੱਡੀਆਂ ਵੱਡੀਆਂ ਜਾਣਾ ਵੀ ਛੇਤੀ ਪੈਂਦਾ ਹੈ ਕੋਈ ਕਿਤੇ ਜਾਣਾ ਪੈਂਦਾ ਕੋਈ ਕਿਤੇ ਜਾਣਾ ਪੈਂਦਾ ਦੱਸੋ ਕੀ ਨਹੀਂ ਹੁਣ ਬਦਲਾ ਕੀ ਕਰੋਗੇ ਕੀ ਬਦਲਾ ਕਰੋਗੇ ਵੀ ਜਿਹੜਾ ਖਰਚੇ ਘਟ ਜਾਣ ਕੀ ਕੁਛ ਜਿਹੜਾ ਹਟਾ ਕਰ ਰਹੇ ਹੋ ਕੀ ਬਦਲਾ ਕਰ ਰਹੇ ਹੋ ਬਦਲਾ ਅਸੀਂ ਬੰਦ ਕਰਾਂਗੇ ਕੋਈ ਮਰਗ ਦੇ ਭੋਗ ਤੇ ਜਾਣਾ ਉਹ ਬੰਦ ਕਰਾਂਗੇ ਅਸੀਂ ਜਿਹੜੇ ਕੋਈ ਖੁਸ਼ੀ ਦੇ ਪ੍ਰੋਗਰਾਮ ਤੇ ਜਾਣਾ ਕੋਈ ਵਿਆਹਾਂ ਸ਼ਾਦੀਆਂ ਤੇ ਜਾਣਾ ਉਹ ਬੰਦ ਕਰਾਂਗੇ ਅਸੀਂ ਜਿਹੜੀਆਂ ਐਮਐਲਏ ਦੀਆਂ ਜਾਂ ਜਿਹੜੀਆਂ ਅਸੀਂ ਕੋਈ ਮੰਤਰੀਆਂ ਦੀਆਂ ਜਿਹੜੀਆਂ ਜ਼ਿਲ੍ਹਾ ਪ੍ਰਧਾਨ ਆ ਵਰਕਰਾਂ ਦੀਆਂ ਮੀਟਿੰਗਾਂ ਕਰਦੇ ਬੰਦ ਕਰ ਦੇਵਾਂਗੇ ਅਸੀਂ ਘਰੇ ਆਉਣ ਸਾਡੇ ਪਾ ਠੀਕ ਹੈ ਚਾਹ ਪਾਣੀ ਪੀ ਕੇ ਤੋੜਦੇ ਕਰਾਂਗੇ ਹੋਰ ਕੀ ਕਰਾਂਗੇ ਉਹਨੂੰ ਅੱਛਾ ਇਹ ਦੂਸਰਾ ਫੈਸਲਾ ਪਹਿਲਾਂ ਸਿਕਿਉਰਿਟੀ ਵਾਪਸ ਲਈ ਗਈ ਉਦੋਂ ਕੀ ਫੀਲ ਹੋਇਆ ਸੀ ਸਿਕਿਉਰਿਟੀ ਵਾਪਸ ਲਈ ਗਈ ਫੀਲ ਤਾਂ ਮਤਲਬ ਹੁੰਦਾ ਹੀ ਹੈ ਵੀ ਕੋਈ ਵੀ ਗੱਲ ਹੈ ਇਹ ਨਹੀਂ ਗੱਲ ਸੋ ਐਮਐਲਏ ਸਾਹਿਬ ਜਵਾਬ ਦੇਣ ਤੋਂ ਕੰਨੀ ਕਤਰਾਉਂਦੇ ਆ ਕਿਤੇ ਨਾ ਕਿਤੇ ਨਾਰਾਜ਼ਗੀ ਆ ਅੰਦਰੋਂ ਬਸ ਠੀਕ ਆ ਕੈਮਰੇ ਸਾਹਮਣੇ ਇਹ ਬੋਲ ਨਹੀਂ ਰਹੇ ਨੇ ਫਿਰ ਵੀ ਇੰਨੇ ਨੇ ਗੰਦਮੈਨ ਤੁਸੀਂ 25-25-30-30 ਗੰਦਮੈਨ ਲੈ ਕੇ ਜਾਂਦੇ ਸੀਗੇ ਹੁਣ ਤੁਹਾਡੇ ਕੋਲੇ ਗੰਦਮੈਨ ਕਿੰਨੇ ਗੰਦਮੈਨ ਰਹਿ ਗਏ ਹੁਣ ਇੱਕ ਗੰਦਮੈਨ ਰਹਿ ਗਿਆ ਇੱਕ ਰਹਿ ਗਿਆ ਹੁਣ ਕਿਵੇਂ ਕਰਦੇ ਆ ਵੀ ਹੁਣ ਠੀਕ ਲੱਗਦਾ ਕਿ ਪੱਚੀਆਂ-ਪੱਚੀਆਂ ਜੇ ਤੁਰਨਾ ਠੀਕ ਲੱਗਦਾ ਸੀ ਪਰ ਠੀਕ ਆ ਹੁਣ ਅਸੀਂ ਇੱਕ ਨੂੰ ਅੱਗੇ ਘਰੋਂ ਰੋਟੀ ਪੱਚੀਆਂ ਨੂੰ ਖਵਾਉਂਦੇ ਸੀ ਹੁਣ ਇੱਕ ਨੂੰ ਖਵਾ ਦਿਆ ਕਰਾਂਗੇ ਸਾਡਾ ਖਰਚਾ ਕਰਨ ਰਹੀ ਹੈ ਅੱਛਾ ਵੀਰ ਵੀ ਹੱਸ ਰਿਹਾ ਆਪਾਂ ਥੋੜੀ ਜਿਹੀ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਕਿਵੇਂ ਤੁਸੀਂ ਕਿਵੇਂ ਹੱਸ ਰਹੇ ਹੋ ਕਿਵੇਂ ਇਹਨਾਂ ਦੀ ਜਿਹੜਾ ਫੈਸਲਾ ਕੀਤਾ ਸਿਕਿਉਰਿਟੀ ਵਾਪਸ ਵਾਲੇ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਤੂੰ ਚੁੱਪ ਕਰ ਤੂੰ ਕਦੋਂ ਹੱਸੀ ਜਾਣਾ ਨਹੀਂ ਫੈਸਲਾ ਤਾਂ ਹੀ ਮਾੜਾ ਹੀ ਹੈ ਹਾਂਜੀ ਮਾੜਾ ਹੀ ਫੈਸਲਾ ਤਾਂ ਹੀ ਪੈਨਸ਼ਨਾਂ ਤਾਂ ਲੱਗਣੀਆਂ ਚਾਹੀਦੀਆਂ ਸੀ ਇਹਨਾਂ ਨੂੰ ਸਾਰੀਆਂ ਨਹੀਂ ਨਹੀਂ ਥੋੜੀ ਥੋੜੀ ਤਨਖਾਹ ਕਿੰਨੀ ਤਨਖਾਹ ਤੁਹਾਡੀ 60,000
60,000 इन्हां ने भी 60,000 हुण जमा मैचिंग हो गई बराबर हो गई एम एल ए साहब इन्हां ने भी 60,000 तनखा गई थोड़ी पेंशन तुहानूं 60,000 मिलनी है किवें किवें लगदा मुलाजम खुश है कितने ना कितने ये चीज़ों तो भी ये चीज़ा घटाइया हटाइया जा रही हाँ जी हाँ जी की दसो दसो गल खुल के करो नहीं ओदा तो कोई गल नहीं बस ए भी चलो ये भी साढ़े बराबर ही करते हूँ तो जी तुम देखी आ गल मुलाजम कहना साढ़े बराबर करते नहीं नहीं इदा की कोई गल नहीं सर जी अभी कोई मुलाजम गल करना कोई मतलब नहीं नहीं पूछना साडा का फर्ज है पूछना साढ़े गल करना साढ़े गल करो मुलाजम गल करना की मतलब नहीं नहीं वेखो हूँ एम एल ए साहब बिना गल तो जो कि ना कि नाराजगी है कितने ना कि रोसा है अंदर क्योंकि जिहड़ियां ऐशां लाइया जिहड़ियां इधरों उधर कि 25-30 वड्डे काफले से कल फिर भी हुण की मैसेज देणो की कर रहे हो अगे रणनीति की अलीक रहे हो जे तुहानूं फैसला मंजूर नहीं तां इह पर रणनीति वेखांगे बह के मीटिंग करांगे पुछदे आ की गल होई आ जी सो एम एल ए साहब का कितने ना कितने वेखो तुम सारी इंटरव्यू वेखी है कितने ना कितने इन्होंने मन च बलबले है भी वह चीज़ क्यों मिस की गई है पर कितने ना कितने सोचना पवेगा कि जेडे 5-7,000 रुपये के नाल गुजारा करते हैं साढ़े लोग जेड़े वो मुलाजम 10-15,000 से तनखाह जिन्हों दियाँ चाहे 40,000 आ 20,000 आ 15,000 आ उन्होंने कई बार टाइम ना तनखाह नहीं मिलियां धरने ला ला के तनखाह लेंदे आ वो लोगों दियाँ भी कितने ना कितने भावनावां सी अज इन्हां साबका विधायकों दियाँ ये पेंशनां कट्टियां गईयां अज कितने ना कितने इन्हां दे अंदरों पीड़ जागी ते कितने ना कितने वो गल इन्हां दे अंदर चुभी जो कहते वो मुलाजम फील करदे सी कितने ना कितने बहुत वड्डा बदलाव तुहानूं आउण वाले टाइम दे विच मिलूगा सो साडे चैनल दे नाल जुड़े रहो हाँ जी हाँ जी गल कहना चाहते हैं वीर आप गल सुन के तो गल नहीं नहीं गल करनी चाहवागे तुसी जुड़े रहो जुड़े एम एल ए साहब गल कहने का हक अधिकार हक है गल कह नहीं नहीं बिल्कुल एम एल ए साहब बैठो 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 एम एल ए साहब नहीं ये गल नहीं करनी चाहिए एम एल ए साहब वेखो ये चीजा होंदिया हार जित बनिया कदे भी इन्ना अपने आप ना सोचो घबराने की गल नहीं नहीं घबराने की गल नहीं हक हक नहीं वो गल कह रहा अंदर भी नहीं कैमरा कैमरा बंद नहीं होगा असं हमेशा सच विखाने की कोशिश की दिखावे हाँ जी दसो नहीं एम एल ए साहब प्लीज दो मिनट कोई दो मुलाजम वीर गल करांगे एम एल ए साहब जो बहुत भड़क चुके हैं गुस्से दे विच उठ के चले गए हाँ जी वीर जी दसो की कहना चाहते हो मैं कहना चाहना मान साहब नजारा ही लिया बहुत वधिया फैसला असल च गल ये है भी इन्हों सरकारी पैसे खाने की आदत पई भी सरकारी जो खजाना चूना लाने की आदत पई भी काम इन्होंने डक्का नहीं करते इन्होंने जो खजाने खाधे वह वक्रे है तो जिहड़ियां पेंशन लेके 3-3 लाख ये वो वक्रियां है हुण देखा जाए तो साडी है असीं मुलाजम है ना साडियां 60-65,000 तनखाह है हुण सानूं कई सुबह 4 बजे भी ठा दिंदे सानूं कई नौ रात नूं 9 बजे 10 बजे छुट्टी मिलती है साडी ड्यूटी का कोई टाइम ही है नहीं कोई हुण टाइम है जिहड़ा मान साहब ने फिक्स किया भी जिहड़ा 8 घंटे पुलिस की ड्यूटी रहूगी बहुत चंगा करदे जी गल देखो कितने ना कितने मुलाजमान के अंदर का दर्द वीर ने बिल्कुल सच जो असं थोड़े लेके आए हमेशा वास्ते सच थोनों दिखाने की कोशिश की बिल्कुल सच है वो अज के मौजूदा सीएम तो जोड़े मुलाजम भी खुश ने असी यह कामना करते हैं कि जी सरकार है वह कम वधिया तरीके करे क्योंकि राजनीति जी है बदल नीति बदलू की छड़ के काम होने चाहिए सो साडे नाल जुड़े रहो थोड़ा बहुत बहुत धन्यवाद थैंक यू मैं अपना जसकर सिंह मलूका धन्यवाद सो दोस्तों वेखो जी आप वीडियो बनाई आ क्योंकि ये कोई किसी असी भावनावान ठेस पहुँचाने लिए नहीं बनाई जिम्मे वेखते रहने असी वीडियो राही जो एक तंज कसते हैं एक साडा तरीका वखरा गा वो राही असी तंज कसते हैं जिहड़ा सीएम साहब ने यह फैसला किया कि ना कि जिहड़ा विधायकों के मनों के अंदर रोसा कोई फुट के सामने आ रहा कोई नहीं आ रहा एक वीडियो असी सिर्फ ये मैसेज देने की कोशिश की है जे तुहानू चंगी लगे तो वीडियो में लाइक कमेंट शेयर जिहड़ा करो सो एम एल ए साहब भी कुछ कहना चाहते हैं थोड़ी जी गल आप एम एल ए साहब की जरूर सुननी है वीरे सुनाओ जी सत श्री अकाल जी सारिआं नूं भी देखो ये बहुत वधिया गल कीती है असीं आए नहीं आंदे भी बहुत पेंशनां लई जांदे सीगे कोई गल नहीं बहुत वधिया काम कीता है विकास होना चाहिए ठीक है कोई गल नहीं एक पेंशन दे नाल सारना चाहिए एम एल एन मंत्रियों एक पेंशन सारना चाहिए बिल्कुल वधिया गल है ये असीं मान साहब का बहुत बहुत धन्यवाद करते हैं जिहड़ी उन्होंने एक पेंशन कीती है।